ਹਾਂਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਕਿੱਦਾਂ ਸਾਰੇ? ਵਧੀਆ, ਠੀਕ ਠਾਕ। ਰਾਤ ਪਿਛਲੇ ਵਲੋਗ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਹੈਗਾ ਕਰਨ ਦਾ ਬਰਥਡੇ, ਅਤੇ ਸੈਲੀਬ੍ਰੇਟ ਕਰਾਂਗੇ ਜਿੰਨਾ ਜਿਵੇਂ ਯੋਗੀ ਜਿੰਨੇ ਯੋਗਾ ਛੋਟਾ ਮੋਟਾ ਆਪਾਂ ਪ੍ਰੋਗਰਾਮ ਕਰਾਂਗੇ, ਹੈ ਨਾ। ਕੇਕ ਲੈ ਆਉਂਦੇ ਹਾਂ ਅਤੇ ਇੱਧਰੋਂ ਮੰਮੀ ਡੈਡੀ ਆ ਜਾਣਗੇ, ਅਤੇ ਉੱਧਰੋਂ ਮੰਮੀ ਹੋਣਾ ਮੈਂ ਫੋਨ ਕੀਤਾ ਸੀ ਅਤੇ ਮੰਮੀ ਕਹਿੰਦੇ ਨਹੀਂ ਮੇਰੇ ਕੋਲ ਨਹੀਂ ਆਉਣਾ, ਕੁਛ ਰੀਜ਼ਨ ਹੈ, ਨਹੀਂ ਆ ਸਕਦੇ ਉਹ। ਅਤੇ ਬਾਕੀ ਚਲੋ ਕੋਈ ਗੱਲ ਨਹੀਂ, ਅਤੇ ਹੁਣ ਫਿਰ ਮੈਂ ਥੋੜ੍ਹਾ ਬਹੁਤ ਡੈਕੋਰੇਸ਼ਨ ਦਾ ਸਮਾਨ ਵਗੈਰਾ ਜੋ ਸਬਜ਼ੀ ਭਾਜੀ ਬਣਾਉਣੀ, ਥੋੜ੍ਹਾ ਬਹੁਤ ਸਮਾਨ ਸਮੂਨ ਲੈ, ਟਾਈਮ ਹੋ ਗਿਆ 11 ਵਜੇ ਦਾ, ਅਤੇ ਮੈਂ ਕਿਹਾ ਥੋੜ੍ਹਾ ਬਹੁਤ ਸਮਾਨ ਲੈ ਆਉਂਦੇ ਹਾਂ ਅਤੇ ਘਰੇ ਰੋਟੀ ਪਾਣੀ ਬਣਾਵਾਂਗੇ, ਖਾਵਾਂਗੇ, ਹੈ ਨਾ, ਛੋਟਾ ਮੋਟਾ ਜਿੱਦਾਂ, ਕਿਉਂਕਿ ਬਾਹਰ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ, ਜ਼ਿਆਦਾ ਵੱਡੀ ਵੱਡੀ 'ਚ ਪੈਣਾ ਵੀ ਨਹੀਂ ਚਾਹੀਦਾ, ਕਿਉਂਕਿ ਵਧਾਈਆਂ ਨਾ ਇਹਦੇ ਤੁਹਾਡਾ ਬਰਥਡੇ ਹੈ। ਅਤੇ ਰਾਤੀ ਆਪਾਂ ਥੋੜ੍ਹਾ ਬਹੁਤ ਮੈਂ ਅਤੇ ਹਰਫਤਿਹ ਨੇ ਰਲ ਕੇ ਥੋੜ੍ਹਾ ਜਿਹਾ ਪ੍ਰੋਗਰਾਮ ਕੀਤਾ ਸੀ, ਅਤੇ ਹੁਣ ਚਲੋ ਛੋਟਾ ਮੋਟਾ ਹੁਣ ਗਿਫਟ ਤਾਂ ਮੇਰੇ ਕੋਈ ਦਿੱਤਾ ਨਹੀਂ ਜਾਣਾ, ਉਹ ਜਿਹਾ ਮਾੜਾ ਮੋਟਾ ਕੋਈ ਲੈ ਆਊਂਗਾ, ਛੋਟਾ ਮੋਟਾ ਕੋਈ ਗਿਫਟ ਆਪਣੀ ਗੰਜਾਇਸ ਵੇਖ ਕੇ। ਅਤੇ ਚਲੋ ਫਿਰ ਲੈ ਆਈਏ ਥੋੜ੍ਹਾ ਬਹੁਤ ਸਮਾਨ, ਅਤੇ ਡੈਕੋਰੇਸ਼ਨ ਵਾਸਤੇ ਥੋੜ੍ਹਾ ਬਹੁਤ ਸਮਾਨ ਲੈ ਆਉਂਦੇ ਜੋ ਮਗਰ, ਹੈ ਨਾ, ਉਹ ਹੈਪੀ ਬਰਥਡੇ ਵਗੈਰਾ ਲੱਗਦਾ ਜੋ ਵੀ ਹੈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੁਸੀਂ ਹੋਈਆਂ ਕਹਿੰਦੇ ਅੱਜ ਬਰਥਡੇ ਆ, ਮੰਮੀ ਦਾ ਬਰਥਡੇ ਅੱਜ, ਹੈਂ, ਤੂੰ ਹੋਈਆਂ ਕਰਦਾ ਵਾ। ਮੈਂ ਤਾਂ ਕਹਿਣ ਡਿਆ ਜਾਂ ਫੁੱਲ ਲੱਗਾ ਨਾ, ਆਹੋ ਤੈਨੂੰ ਦੇ ਦਿੰਦੇ ਹਾਂ, ਲੈ ਹੈਪੀ ਬਰਥਡੇ ਹੋ ਗਿਆ ਕਿ ਲੈ ਇਹਨੂੰ, ਕਿ ਇੱਦਾਂ ਦੇ ਖੋਲ ਲਿਆ, ਬਟ ਠੀਕ ਆ, ਇਹ ਆਉਣਾ 20 ਰੁਪਏ ਦਾ, ਬਹੁਤ ਵਧੀਆ ਸਰ ਜਾਣਾ, ਖਰਚੇ ਜ਼ਿਆਦਾ ਫਜ਼ੂਲ ਨਹੀਂ ਕਰਨੇ ਚਾਹੀਦੇ, ਹੈ ਨਾ। ਚਲੋ ਠੀਕ ਆ, ਚੰਗਾ ਮੈਂ ਲੈ ਆਵਾਂ ਫਿਰ, ਤੇਰੇ ਵਾਸਤੇ ਲਿਆਵਾਂ ਕੁਛ, ਕੀ ਖਾਣਾ ਮੇਰੇ ਪੁੱਤ ਨੇ, ਚੀਜੀ ਕਿਹੜੀ ਖਾਣੀ ਆ, ਕੀ ਲੈਣਾ ਮੇਰੇ ਪੁੱਤ ਨੇ। ਚਲੋ ਫਿਰ ਆਪਾਂ ਹੋਈਏ ਬਾਹਰ, ਬਾਰਿਸ਼ ਦਾ ਟਾਈਮ, ਸਵੇਰੇ ਸਵੇਰੇ ਬਾਰਿਸ਼ ਪੈ ਕੇ ਹਟ ਗਈ ਹੈ, 11:30 ਦਾ ਟਾਈਮ ਹੋ ਗਿਆ, ਆ ਜਾਲੀ ਕੱਢੀ ਏ ਸੀ ਦੀ, ਮੈਂ ਕਿਹਾ ਥੋੜ੍ਹੀ ਉੱਪਰ ਗੰਦੀ ਹੋ ਗਈ ਬਹੁਤ ਜ਼ਿਆਦਾ, ਸੁੱਕਣੇ ਪਾਈਏ, ਅਤੇ ਚਲੋ ਚੱਲਦੇ ਹਾਂ ਆਪਾਂ ਫਿਰ, ਮਿਲਦੇ ਹਾਂ ਫਿਰ ਤੁਹਾਨੂੰ ਉੱਥੇ ਜਾ ਕੇ, ਅਤੇ ਕੇਕ ਸ਼ੇਕ ਦੇ ਦੀਪ ਆਊਗਾ ਤਾਂ ਫਿਰ ਵੇਖਾਂਗੇ, ਲੈ ਆਵਾਂਗੇ ਜਾ ਕੇ ਨਾਲ, ਹੈ ਨਾ, ਨਹੀਂ ਤਾਂ ਬਾਕੀ ਦਾ ਸਮਾਨ ਥੋੜ੍ਹਾ ਬਹੁਤ ਲੈ ਆਉਂਦੇ ਹਾਂ, ਖਾਣ ਪੀਣ ਵਾਲਾ। ਦੁਕਾਨ 'ਤੇ ਆਪਾਂ ਆ ਗਏ, ਹਾਂ ਥੋੜ੍ਹੇ ਜਿਹੇ ਬਲੂਨ ਕਢਾ ਲਏ ਭਾਜੀ, ਗੋਲਡਨ, ਹਾਂਜੀ ਹਾਂਜੀ, ਇਹਦੇ ਨਾਲ ਕਿਹੜਾ ਸਹੀ ਰਹੂ ਭਾਜੀ, ਇਹਦੇ ਨਾਲ ਗੋਲਡਨ ਸੋਨਾ, ਗੋਲਡਨ ਲਾ ਲਓ, ਅਤੇ ਬਲੈਕ, ਬਲੈਕ ਜਾਣਾ, ਬਲੈਕ ਨਾਲ ਜਰ ਦਿਓ ਭਾਜੀ, ਹੋਰ 2000 ਦੇ ਬਲੂਨ ਹੈਗਾ, ਬਲੂ ਦੇ ਦਿਓ ਯਾਰ, ਗੱਲ ਫਿਰ ਆਏ ਦੋ ਦੋ ਨੇ ਨਾਲ ਦੇ, ਉੱਦਾਂ ਯਾਰ ਘੱਟ ਘੱਟ ਜਾਣਾ ਕੰਮ, ਧੰਨਵਾਦ ਬਹੁਤ, ਆਹ ਸਮਾਨ ਲੈ ਲਿਆ ਥੋੜ੍ਹਾ ਬਹੁਤ ਡੈਕੋਰੇਸ਼ਨ ਦਾ, ਪਿਛਲਾ ਸਮਾਨ ਲੈ ਲਿਆ, ਅਤੇ ਕੇਕ ਤਾਂ ਚਲੋ ਸ਼ਾਮ ਨੂੰ ਲੈ ਆਵਾਂਗੇ, ਹੋਰ ਸਬਜ਼ੀ ਭਾਜੀ ਲੈ ਜਾਂਦੇ, ਹੁਣ ਜਾਂਦੇ ਹਾਂ, ਮੈਂ ਆਊਂ ਅੰਮ੍ਰਿਤਪੁਰੇ, ਲੈ ਸਬਜ਼ੀ ਵੀ ਲੈ ਲਈ, ਸਬਜ਼ੀ ਲੈ ਕੇ ਰੱਖ ਲਈ ਇੱਥੇ, ਚੱਲੀ ਹੁਣ ਘਰ, ਦੁੱਧ ਦੁੱਧ ਲੈ ਜਾਈਏ, ਮਿਲਦੇ ਤੁਹਾਨੂੰ ਘਰ ਜਾ ਕੇ। ਵੀ ਪਹੁੰਚ ਗਏ ਆਪਾਂ ਘਰ, ਅਤੇ ਬਲੂਨ ਆ ਥੋੜ੍ਹੇ ਬਹੁਤ ਫੁਲਾਤੇ ਆ, ਇੰਨੇ ਕੁ ਫੁੱਲੇ ਆਪਣੇ ਕੋਲ, ਬਸ ਹੁਣ ਫਿਟਿੰਗ ਕਰੀਏ ਲਾਈਏ, ਆਹ ਡਬਲ ਟੇਪ ਜੀ ਲਿਆਂਦੀ ਨਾਲ, ਆਹ ਥੋੜ੍ਹੀ ਜਿਹੀ ਝੱਲ ਲੈਂਦੀ ਆ ਬੈਕ ਸਾਈਡ ਲਾਉਣ ਵਾਸਤੇ, 3 ਕੁ ਹੈਗੀਆਂ, ਅਤੇ ਕੱਟੀਆਂ ਆਪਾਂ ਫਿਕਸ ਕਰ ਦੇਣੀਆਂ, ਕੁਛ ਕਰਨੇ ਫਲਾਏ ਕੇ ਬਾਰੇ, ਕੁਛ ਮੈਂ ਫਲਾਤੇ ਆ, ਬਸ ਠੀਕ ਆ, ਇੱਧਰ ਲਾ ਦਿੰਦੇ ਹਾਂ ਆਹ ਦੀਵਾਰ, ਬਾਕੀ ਦੀਵਾਰਾਂ ਖਾਲੀਆਂ ਨਹੀਂ ਹੈਗੀਆਂ, ਕਿਉਂਕਿ ਇਹਨੂੰ ਆਪਾਂ ਫੋਟੋ ਫਿਰ ਫੋਟੋ ਫੜਾ ਲਾਉਣੀ ਪੈਂਦੀ,
ਇਹ ਕੰਮ ਜ਼ਿਆਦਾ ਪੈਂਦਾ ਫਿਰ ਇਹਨੂੰ ਇੱਦਾਂ ਕਰ ਦਿੰਦੇ ਇੱਥੇ ਲਾ ਦਿੰਦੇ ਵਾ ਠੀਕ ਆ ਇਹ ਕਰਦੇ ਪਏ ਨੇ ਡੈਕੋਰੇਸ਼ਨ ਅਤੇ ਇੱਧਰ ਫਿਰ ਹੁਣ ਥੋੜ੍ਹੇ ਜਿਹੇ ਫੈਲਾ ਲਏ ਆਪਾਂ ਦੋਵਾਂ ਨੇ ਰਲ ਮਿਲ ਕੇ ਅਤੇ ਘਰ ਪਤੇ ਤੰਗ ਕਰੀ ਜਾਂਦਾ ਵੀ ਆਹ ਝਾਲਰਾਂ ਲਾ ਤੀਆਂ ਆਪਾਂ ਅਤੇ ਹੁਣ ਆਹ ਹੈਪੀ ਬਰਥਡੇ ਵਾਲਾ ਪਹਿਲਾਂ ਫਲੋ ਉਦੋਂ ਜਿਹਾ ਹੁੰਦਾ ਬਲੂਨ ਜਿਹਾ ਉਹ ਲੱਗੇ ਸੀ ਲਿਆਉਣਾ ਤੋੜ ਹੀ ਦਿੱਤਾ ਪਹਿਲਾਂ ਫਲਾਉਣ ਵਾਲਾ ਲੱਗੇ ਸੀ ਲਿਆਉਣ ਬਲੂਨ ਜਿਹਾ ਉਹ ਜਿਵੇਂ ਹਵਾ 'ਚ ਭੱਜ ਦੀ ਪੀਲੇ ਜਿਹੇ ਉਹ ਲੈਂਦੇ ਨਹੀਂ ਉਹ ਜਗ੍ਹਾ ਬੜੀ ਮਲਦੇ ਆ ਅਤੇ ਫਿਰ ਆਪਾਂ ਆਹ ਲੈਂਦੇ ਇਹਨੂੰ ਫਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਹੈ ਸਿੱਧੇ ਇੱਦਾਂ ਹੀ ਹੋ ਜਾਂਦੇ ਆ ਡੋਰੀ 'ਚੋਂ ਕੱਢ ਕੇ ਹੈਂਗਿੰਗ ਹੋ ਜਾਣੇ ਪੱਖਾ ਜੇ ਚੱਲਿਆ ਅਤੇ ਉਹ ਤੋਂ ਬਾਅਦ ਸਾਰਾ ਉੱਡ ਜਾਣਾ ਅਜੇ ਵੀ ਉੱਡਣ ਡਿਆ ਵੈਸੇ ਉੱਧਰਲਾ ਪੱਖਾ ਚੱਲਣ ਡਿਆਣਾ ਤਾਂ ਕਰਕੇ ਡੈਕੋਰੇਸ਼ਨ ਰਹਿ ਗਈ ਵਿੱਚ ਹੀ ਅਤੇ ਹਰਫਤਿਹ ਸਿੰਘ ਚਿਰ ਨੂੰ ਤਿਆਰ ਨਹੀਂ ਹੋਣ ਦੇਣ ਡਿਆ ਹਾਂਜੀ ਮੈਨੂੰ ਲਾਗੇ ਬਹਿਣਾ ਪੈਣਾ ਹੁਣ ਹਰਫਤਿਹ ਦੇ ਲੱਗ ਗਈ ਕਿਉਂ ਮੇਰੇ ਪੁੱਤ ਲੱਗ ਗਏ ਮੇਰੇ ਪੁੱਤ ਨੇ ਸੇਮ ਸੇਮ ਪਾ ਲਿਆ ਮੰਮੀ ਨੇ ਵੀ ਸੇਮ ਪਾਇਆ ਤੂੰ ਵੀ ਸੇਮ ਪਾ ਲਿਆ ਉਹ ਲੈ ਅੱਜ ਮੈਚਿੰਗਾਂ ਕਰ ਲਈਆਂ ਦੋਵਾਂ ਨੇ ਹੈਂ ਦੁੱਧ ਪੀ ਲਿਆ ਪੁੱਤ ਨੇ ਚਲੋ ਫਿਰ ਚਲੋ ਰਾਤੀ ਕੱਟਿਆ ਸੀ ਨਾ ਰਾਤੀ ਵੀ ਖਾਧਾ ਸੀ ਨਾ ਕੇਕ ਹੁਣ ਕੀ ਖਾਣਾ ਨਹੀਂ ਰੋਣਾ ਨਹੀਂ ਪਾਪਾ ਦਸਤਾਰ ਲੱਗੇ ਬੰਨਣ ਲੈ ਮੈਨੂੰ ਵੀ ਕਹਿੰਦੇ ਆ ਰੰਗ ਬੰਨ ਲਾ ਨਾਲ ਦਾ ਹੀ ਸਾਰੇ ਇੱਕੋ ਜਿਹੇ ਬਣ ਜਾਣਾ ਸੀ ਮੇਰੇ ਹੋਰ ਰੰਗ ਬੰਨ ਲਾਂਗਾ ਹੋਰ ਰੰਗ ਨਹੀਂ 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 ਇਹੋ ਲੱਗਾ ਬੰਨਣ ਇਹੋ ਹੀ ਰੋਣਾ ਨਹੀਂ ਬਸ ਰੰਗ ਇਹੋ ਬੰਨਾਂਗੇ ਆਪਾਂ ਲੈ ਦਸਤਾਰ ਆਪਾਂ ਬੰਨਣੀ ਹੈ ਬਸ ਤਿਆਰ ਹੋਣਾ ਸਾਡਾ ਬਾਕੀ ਹੈ ਸ਼ਰਟ ਹੀ ਪਾਉਣੀ ਪੈਂਟ ਪਾ ਕੇ ਬਸ ਸ਼ਰਟ ਪਾਉਂਗੇ ਵਾਈਟ ਅਤੇ ਉਧਰੋਂ ਚੁੱਕੀ ਡੈਡੀ ਸਾਡੀ ਤਿੰਨਾਂ ਦੀ ਨਾ ਮਤਲਬ ਅੱਜ ਕੰਟਰਾਸਟ ਕੀਤਾ ਤਿੰਨਾ ਜਾਣ ਇੱਕ ਹੋ ਗਿਆ ਵਧੀਆ ਮੈਚਿੰਗ ਕੀਤੀ ਤਿੰਨਾ ਜਾਣ ਫਤਿਹ ਸਿੰਘ ਵੀ ਸੌ ਰਿਹਾ ਉਹਦੀ ਮੈਚਿੰਗ ਤੁਹਾਨੂੰ ਖਾ ਚੁੱਕੇ ਹੁਣ ਸੁਣਦੇ ਹਾਂ ਅਸੀਂ ਅਤੇ ਇੱਧਰ ਉਹ ਲੈ ਉਹ ਹੈਪੀ ਵਾਲਾ ਕਿੱਡਾ ਗਲਾ ਤਾ ਨਿਕਲਾ ਹੱਕਾ ਤਕੜਾ ਜਗਾੜ ਲਾ ਤਾ ਹੈਪੀ ਵਿੱਚ ਨਿਕਲਾ ਜਿਹਾ ਚਲੋ ਕੋਈ ਗੱਲ ਨਹੀਂ ਲਿਆਓ ਲਾਓ ਹੁਣ ਇਹਨੂੰ ਹੁਣ ਕਿੱਦਾਂ ਲੱਗਣਾ ਓ ਵੈਰੀ ਗੁੱਡ ਹੈਪੀ ਬਰਥਡੇ ਬਹੁਤ ਵਧੀਆ ਹੈਪੀ ਲਾਇਆ ਅੱਗੇ ਆਪੇ ਕਿਹੜੇ ਨਿੱਕੇ ਨਿੱਕੇ ਲਿਆਉਣੇ ਚਾਹੁੰਦੇ ਚਲੋ ਕੋਈ ਗੱਲ ਨਹੀਂ ਠੀਕ ਆ ਬਹੁਤ ਵਧੀਆ ਤੂੰ ਇੱਦਾਂ ਪਾੜ ਲੈਣਾ ਅੱਗੇ ਉਹ ਪਾੜ ਗਿਆ ਮੇਰੇ ਕੋਲ ਇੱਕ ਇਹਦੇ 'ਚ ਪੱਟਾ ਵੀ ਕੱਢ ਕੇ ਅਰਗੋ ਨਾ ਲੈ ਵੀ ਤਿਆਰ ਸ਼ਿਆਰ ਹੋ ਕੇ ਸਾਰੇ ਆ ਗਏ ਬਹਿ ਗਏ ਹੁਣ ਅਤੇ ਹੁਣ ਕੁਛ ਖਾਣ ਪੀਣ ਦਾ ਪ੍ਰੋਗਰਾਮ ਕਰ ਲਈਏ ਹੈ ਨਾ ਹੈ ਕਿ ਨਹੀਂ ਕੀ ਲੈਣਾ ਕੀ ਖਾਣਾ ਦੱਸੋ ਸਮੋਸੇ ਸਮਾਸੇ ਦੱਸੋ ਹੈ ਇਹ ਡਾਇਟਿੰਗ ਸਾਡੇ ਘਰ ਨਹੀਂ ਹੋ ਸਕਦੀ ਡਾਇਟਿੰਗ ਸ਼ੁਰੂ ਕਰੀ ਇਹ ਓਲੇ ਛਿਪੇ ਦਾਲ ਆ ਲੈਂਦੇ ਸਾਰੇ ਹਰਗਨ ਦੁੱਧ ਦੁੱਧ ਕਦੋਂ ਪੀਣਾ ਹਰਗਨ ਹਰਗਨ ਦੁੱਧ ਕਦੋਂ ਪੀਣਾ ਦੁੱਧ ਕਦੋਂ ਕਿਹੜਾ ਹੋ
ਬਿਲਕੁਲ ਪ੍ਰੋਪਰ ਗੱਲਾਂ ਕਰਦੀ ਸਮੋਸੇ ਸਮੋਸੇ ਕੇ ਟਿੱਕੀਆਂ ਕੋਈ ਰਾਈਟਿੰਗ ਨਹੀਂ ਮੇਰੀ ਗੱਲ ਸੁਣੀ ਯਾਰ ਪਰ ਬਲੂਨ ਥੋੜਾ ਜਿਹਾ ਘਟ ਗਿਆ ਨੁੱਕਰ ਚੋਂ ਕੋਈ ਚੱਲ ਲੈ ਪਏ ਹੁਣ ਜਾ ਰਹੇ ਹਾਂ ਦੀਪ ਵਾਲੀ ਗੱਡੀ 'ਚ ਕੇਕ ਲੈਣ ਵਾਸਤੇ ਅਤੇ ਨਾਲੇ ਮੈਂ ਖਾਣ ਪੀਣ ਦਾ ਸਮਾਨ ਲੈ ਕੇ ਮੁੜ ਕੇ ਬਾਅਦ 'ਚ ਕਿੱਥੇ ਯਾਰ ਜਾਂਦੇ ਰਹਿਣਾ ਸਹੀ ਗੱਲ ਸਹੀ ਟਾਈਮ ਹੀ ਬਹੁਤ ਹੋ ਗਿਆ ਨਾ 6:30 ਪੌਣੇ 7 ਹੋ ਗਏ ਕੇਕ ਕਿੱਥੋਂ ਲਿਆਉਣਾ ਜਿੱਥੋਂ ਕਹੋਗੇ ਤੁਸੀਂ ਕੇਕ ਬਣਿਆ ਮਤਰੇ ਲੈ ਆਉਂਦੇ ਸਿੱਧਾ ਹੀ ਕਿ ਉੱਥੇ ਖਲੋ ਕੇ ਨਹੀਂ ਬਣਾਉਣਾ ਵਿਜੇ ਬੈਕਰੀ ਆ ਗਏ ਹਾਂ ਕੇਕ ਤਾਂ ਸਾਰੇ ਸੋਹਣੇ ਵੈਸੇ ਕਾਲੇ ਪੀਲੇ ਬੜੇ ਪਏ ਥੱਲੇ ਬਹੁਤ ਆ ਦੋ ਆ ਚੀਜ਼ਾਂ ਆ ਕੇ ਕਰਾ ਲਿਆ ਪਰ ਫੁੱਲ ਨਾ ਥੋੜੇ ਕਾਲੇ ਨੀ ਹੋ ਗਏ ਗਿਫਟ ਦਿੰਦੇ ਰਹੀ ਮੈਂ ਕਿਹਾ ਚਲੋ ਕਾਕੇ ਵਾਸਤੇ ਹੁਣ ਬਣਦਾ ਉਹਦਾ ਲੈ ਜਾਂਦੇ ਆ ਕਰਤਾ ਬਾਈ ਪੈਕ ਲੈ ਵੀ ਆ ਗਿਫਟ ਲੈ ਲਿਆ ਕਾਕੇ ਵਾਸਤੇ ਦੇਖ ਲਿਆ ਹੋਣਾ ਤੇ ਕਹਿੰਦਾ ਵਾਸਤੇ ਲਈਏ ਚੋਕਲੇਟ ਬਸ ਇੰਨਾ ਹੀ ਬਹੁਤ ਨੇਰਾ ਨੂੰ ਕਾਫੀ ਹੋ ਗਿਆ ਜਾਂਦੇ ਆ
ਸਾਢੇ ਸੱਤ ਹੋ ਗਿਆ, ਮਤਲਬ ਸਾਢੇ ਛੇ ਤੇ ਨਿਕਲੇ ਆਪਾਂ। ਮੈਂ ਕਰਨ ਦਾ ਫੋਨ ਵੀ ਆ ਗਿਆ ਵਿੱਚ। ਆ ਟੀਵੀ ਕਰਕੇ ਥੋੜਾ ਜਿਹਾ ਰੋਹ ਜਿਹਾ ਪੈਂਦਾ ਨਾ ਗੱਡੀ ਦਾ। ਰੰਗ ਬਦਲੀ ਗੱਡੀ ਦੇ, ਰੰਗ ਇੱਕੋ ਚੱਲੀ ਜਾਣ ਡਿਆ। ਹੁਣ ਬਸ ਕੀ ਕਰਨਾ ਆ, ਵੇਖੀਏ ਰੰਗ ਕਿੱਥੋਂ ਬਦਲੇ ਜਾਂਦੇ, ਰੰਗ ਹੁਣ ਪਤਾ ਨੀ ਰੰਗ ਕਿੱਥੋਂ ਬਦਲੇ ਜਾਂਦੇ। ਚਲੋ ਮਿਲਦੇ ਆ ਤੈਨੂੰ ਘਰ ਜਾ ਕੇ। ਬੰਦ ਇੱਕ ਬੰਦ ਮੱਖਣ ਬੜਾ ਸਤਾਇਆ ਸਾਨੂੰ ਅੱਜ, ਬੰਦ ਮੱਖਣ ਬੜਾ ਟਾਈਮ ਲਾਤਾ ਸਾਨੂੰ। ਚਲੋ ਵੀ ਚਲੋ, ਆਹ ਲੈਟਰਿਨ ਜਗਾਈ ਬਾਹਰ ਦੀ ਬੰਦ ਕੀਤੀ ਨਾ ਪਹਿਲਾਂ ਸੱਚ ਥੱਲੇ ਵਾਲਾ ਥੱਲੇ ਤੋਂ ਏਦਾਂ। ਚਲੋ ਵੱਡੇ ਵਾਲੇ ਦਿਨ ਬੰਦਾ ਖੁਸ਼ ਰਹਿੰਦਾ ਖੁਸ਼ ਪਤਾ ਨਾ। ਪਾ ਦਿੰਦੇ ਆ ਸਮੋਸੇ ਸਮੋਸੇ ਦੇ ਜਾਂ ਫਿਰ ਪਹਿਲਾਂ ਮੈਂ ਖਾ ਪੀ ਲਈ ਫਿਰ ਬਾਅਦ 'ਚ ਕੇਕ ਕੱਟਦੇ ਹਾਂ। ਉੱਧਰ ਫਤਿਹ ਵੀ ਰੋਣ ਡਿਆ ਭੰਗੂੜੇ 'ਚ ਪਿਆ। ਖਾ ਲੈਣੇ ਸਮੋਸੇ ਖਾਣ ਠੀਕ ਹੈ। ਹੁਣ ਆਉਂਦੇ ਉੱਥੋਂ ਚਾਹ ਪੀ ਲਓ ਪੀਲੋ ਪੀਲੋ ਚਾਹ ਪੀਲੋ। ਇਹ ਪਾਓ ਭਾਜੀ ਕੀ ਇਹਨੂੰ ਕਹਿੰਦੇ ਸੀ ਕਿ ਕੀ ਨਾ ਇਹਦਾ ਰਵਾਤ ਹੈ ਕੁੜੀ ਕਿੰਨੇ ਹੁਣ ਚਾਹ ਥੋੜੇ ਬਿਸਕੁਟ ਹੈਗੀ ਪਲੇਟ ਪਲੇਟ ਪਾ ਲੋ ਪਲੇਟ ਚ ਪਾ ਲਾ ਯਾਰ ਬਿਸਕੁਟ। ਇਹਨੇ ਪਸੰਦ ਕੀਤੇ ਦੀਪ ਨੇ ਨਹੀਂ ਮਿੱਠਾ ਲੱਗੇ ਬਣਾਉਣ ਥੋੜਾ ਜਿਹਾ ਕੁੜੀ ਵਧੀਆ ਲੈਂਦੇ ਫੜੋ ਯਾਰ ਚਾਹ ਫੜੋ ਚਾਹ ਜਿਹਨੇ ਪੀਣੀ ਆ ਨਹੀਂ ਪੀਣੀ ਚਾਹ।
ਮੰਮੀ ਦਾ ਦਿਲ ਤੇ ਕਹਿਣ ਡਿਆ ਪਰ ਮੰਮੀ ਨੇ ਸਮੋਸਾ ਵੀ ਖਾਣਾ ਹੈ ਘੰਟਾ ਪੀਣਾ ਹੈ ਠੀਕ ਕਰਦਾ ਨਾ ਤੇ ਮੈਨੂੰ ਸੇ ਦਿਨ ਫੁਲ ਕਾ ਦੋ ਨਾ ਨਾ ਆਂਟੀ ਜੀ ਆਪਣਾ ਕਿਉਂ ਰੱਖਿਆ ਮੈਂ ਪਲੇਟ ਥੱਲੇ ਮੈਂ ਚਾਦਰ ਤੇ ਖਿਲਾ ਰਹਿਣਾ ਪਾਰੇ ਕਦੇ ਫਿਰ ਹੁਣ ਵੇਖੀ ਵੇਖੀ ਭਰ ਆਈ ਹੋ ਧਿਆਨ ਧਿਆਨ ਕੁੱਤੇ ਨਾ ਪਵਾਲੀ ਖਾ ਪੀ ਕੇ ਭਾਂਡੇ ਵੀ ਆ ਗਏ ਬਸ ਇਹ ਕੁੜੀ ਪੀ ਲੈਂਦੀ ਕੁੜੀ ਪੀ ਲੈ ਚਾਹ ਕਿਉਂ ਚਲੋ ਚਲੋ ਹੁਣ ਕੱਟੀਏ ਕਿ ਰੋਕੇ ਜੇ ਇਹਨਾਂ ਨੇ ਟਾਈਮ ਹੋ ਗਿਆ 8:30 ਦਾ ਤਾਲੂ ਚ ਫੂਕ ਮਾਰ ਦੇ ਸੁਣ ਲਿਆ ਕਰ ਗੱਲ ਤੂੰ ਗੱਲ ਮਜ਼ਾਕ ਚ ਲੈ ਜਾਂਦੀ ਸਾਰੇ ਕਰਨ ਡੈ ਬਣ ਗੱਲ ਕੋਈ ਕਹਿਣ ਡੇ ਗੱਲ ਸੁਣ ਵੀ ਲਿਆ ਕਰ ਉਧਰ ਪਿਓ ਮਾਤਾ ਜੇ ਕਰੇ ਖੁਰਖਰੀ ਦੇ ਖੁਰਖਰੀ ਖੁਰਖਰੀ ਦੇ ਤਾਂ ਪੀਤ ਲਿਆ ਹੁਣ ਕਦਰ ਹੁਣ ਇੱਥੇ ਢੋਜ ਹੀ ਲੈਣਾ ਨਾ ਬਹੁਤ ਮਜ਼ਾ ਜਾਂਦਾ ਲੈ ਹਰਗੁਣ ਕੀ ਖਾਣ ਡਈ ਬਹੁ ਕੀ ਖਾਣ ਡਈ ਹਰਗੁਣ ਗਰਮੀ ਲੱਗਣ ਡੀ ਗਰਮੀ ਏਦਾਂ ਏਦਾਂ ਬੱਖੀ ਮਾਰੀ ਏਦਾਂ ਏਦਾਂ ਘੁਮਾ ਕੇ ਨਾ ਏਦਾਂ 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 ਕਰ ਘੁਮਾ ਇਹਨੂੰ ਘੁਮਾ ਘੁਮਾ ਤਾਂ ਕਰਕੇ ਏਦਾਂ ਹੱਥ ਕਰਕੇ ਏਦਾਂ ਹੱਥ ਕਰਕੇ ਘੁਮਾ ਏਦਾਂ ਕਰ ਮੂੰਹ ਤੇ ਮਾਰ ਲੈਣੇ ਤੱਕ ਘੁਮਾ ਕੇ ਜ਼ਿਆਦਾ ਹਾਂਜੀ ਕੱਟੀਏ ਕੇਕ ਹਰ ਕੱਟੀਏ ਹਰ ਚਲੋ ਹਰਗੁਣ ਟੇਬਲ ਤੇ ਕਰੋ ਸੈੱਟ ਸੁੱਟ ਜਾ ਇੱਧਰ
ਹੈਂ ਇਹ ਕਿੰਨੇ ਕੀਤੀ ਭਲਾ ਦੀਪ ਨੇ ਕੀਤੀ ਹੋਵੇ ਉਸਤਾਦ ਨੇ ਮੰਨਦਾ ਹੀ ਉਸਤਾਦ ਸਾਥ ਨਹੀਂ ਹੁੰਦਾ ਪੱਖਾ ਨਹੀਂ ਲਾਇਆ ਜੇ ਪੱਖਾ ਲਾ ਦੇ ਭੈਣੇ ਘੱਟ ਕਰਕੇ ਲਾ ਲਓ ਜੇ ਲਾਉਣਾ ਤੇ ਚੁੱਕ ਹੀ ਆ ਕੁਰਸੀਆਂ ਲਾ ਦੇਣੀਆਂ ਮਤਲਬ ਉਹ ਮੇਰੇ ਪਾਵਰ ਬੈਂਕ ਸੁੱਟਤੀ ਲਮਕਾ ਦੀ ਹੋਵੇ ਕੀ ਕਰਦਾ ਕੁਰਸੀਆਂ ਨਾ ਕਰਾਂ ਆਪਣਾ ਪੱਖਾ ਘੱਟ ਕਰ ਲਈਏ ਹੋਰ ਠੀਕ ਇਹਨੇ ਵਿੱਚੋਂ ਕੱਢਣਾ ਏਦਾਂ ਹੀ ਕੋਈ ਨੀ ਕੋਈ ਨੀ ਕੋਈ ਨੀ ਲਿਆ ਕੋਈ ਗੱਲ ਨਹੀਂ ਚਲੋ ਫਿਰ ਲਾਓ ਇਹਨੂੰ ਬੈਠਾ ਸਰ ਨਾ ਮੈਂ ਸਹੀ ਲਿਖਿਆ ਤੇ ਗਲਤ ਲਿਖਾਇਆ ਆ ਚੁੱਕ ਦੀ ਇਹਨੂੰ ਕੋਈ ਰੋਲ ਨਹੀਂ ਬੈਠੋ ਭਾਜੀ ਹੁਣ ਚਲੋ ਗਿਆ ਲਿਆ ਹੁਣ ਹਰ ਫਸਲ ਨੂੰ ਲਿਆ ਬਈ ਦੂਰੋਂ ਦੂਰੋਂ ਥੋੜੀ ਜਿਹੀ ਅਗਲਾ ਜੀ ਨਹੀਂ 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 ਕੋਈ ਨੀ ਕੋਈ ਨੀ ਏਦਾਂ ਦੀ ਬਸ ਠੀਕ ਹੈ ਚਲੋ ਜੀ ਹੁਣ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹਰਗੁਣ ਤੂੰ ਜਾਦੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਗਿਫਟ ਬਿਲਕੁਲ
ਮੰਮੀ ਮਤਲਬ ਗਿਫਟ ਆ ਕਿਰਨ ਦੀਦੀ ਨੂੰ, ਇਹ ਠਹਿਰ ਕੇ ਓਪਨ ਕਰ ਲਿਓ, ਭਾਵੇਂ ਠਹਿਰ ਕੇ ਕਰ ਲਿਓ। ਚਲੋ ਠੀਕ ਆ, ਬਹੁਤ ਬਹੁਤ ਵਧਾਈਆਂ ਜੀ। ਆਪਾਂ ਸਾਰੇ ਜਾਣੇ ਨੇ ਰੋਟੀ ਖਾ ਲਈ ਆ, ਡੈਡੀ ਤੇ ਰੋਟੀ ਖਾ ਕੇ ਬਾਹਰ ਚਲੇ ਗਏ, ਆਂਦੇ ਮਿਰਚ ਬਹੁਤ ਆ, ਤੇ ਭਾਜੀ ਨੇ ਵੀ ਖਾ ਲਈ ਰੋਟੀ, ਤੇ ਭਾਜੀ ਹੁਣ ਆਪਣੀ ਡਿਊਟੀ ਤੇ ਲੱਗੇ ਹੋਏ ਆ। ਹੁਣ ਕਿਰਨ ਨੇ ਖਾਧੀ ਭਲਾ ਕਿ ਨਹੀਂ ਅੱਜ? ਅੱਛਾ, ਸੰਦੀਪ ਨੇ ਤੇ ਉਹਨੇ ਖਾਣੀ ਹੈ ਜੀ, ਕਿਰਨ ਨੇ। ਲੈ ਜੀ, ਬਾਰਿਸ਼ ਪੈ ਕੇ ਹਟ ਗਈ ਆ, ਦੀਪ ਹੁਣ ਚੱਲੇ ਆ, ਹੁਣ ਆਹ ਗਿੱਲਾ ਹੋਇਆ, ਬਾਰਿਸ਼ ਆਈ ਆ। ਕਿਉਂ ਜਗ੍ਹਾ ਥੋੜ੍ਹਾ ਧੋਤੀ ਆ, ਮੀਂਹ ਆਇਆ ਵਾ ਕਿ ਆਹ ਗੱਡੀ ਵੀ ਕਿੱਦਾਂ ਗਿੱਲੀ ਹੋਈ, ਮੀਂਹ ਆਇਆ ਵਾ ਕਿ ਆਇਆ ਮੀਂਹ, ਆਹ ਵੇਖੋ ਉੱਤੇ ਕੀ ਬਣਿਆ, ਮੀਂਹ ਆਇਆ ਵਾ ਕਿਆ, ਬਾਰਿਸ਼ ਪੈ ਕੇ ਹਟ ਗਈ, ਆਹ ਕੋਈ ਗਿੱਲੀ ਇੱਧਰ ਜਿੱਥੇ ਜਿੱਥੇ ਮੀਂਹ ਪਿਆ ਵਾ ਉਹਦੇ ਉੱਤੇ ਗਿੱਲੀ ਹੈ। ਚਲੋ ਚਲੋ ਠੀਕ ਆ, ਫਿਰ ਧਿਆਨ ਨਾਲ ਜਾਇਓ, ਪਹੁੰਚ ਕੇ ਫੋਨ ਫਾਨ ਕਰ ਦਿਓ। ਕਹਿੰਦੇ ਕਹਿੰਦੇ ਟਰੱਕ ਹੀ ਲਿਆ, ਦੀਪੂ ਨੇ ਮੁੜਦੇ ਨਹੀਂ ਥੋੜ੍ਹੀ ਕਿਤੇ, ਲੈ ਜੀ ਬਲੂਨ ਲੱਗੇ ਅੰਦਰ। ਇਹ ਸੀ ਅੱਜ ਦਾ ਵਲੋਗ, ਜੇ ਵਲੋਗ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ, ਮਿਲਦੇ ਹਾਂ ਨੈਕਸਟ ਵਲੋਗ 'ਚ, ਵਾਹਿਗੁਰੂ ਨਾਈਟ, ਰੱਬ ਰੱਖਾ।